ਬੀਤੇ ਕੱਲ੍ਹ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ 7.5 ਕਿਲੋ ਹੈਰਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤੇ ਨਸ਼ਾ ਤਸਕਰ ਨੂੰ ਅਜਨਾਲਾ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਇਹ ਕੱਲ੍ਹ ਸਰ ਰਿਕਵਰੀ ਹੋਈ ਸੀਗੀ। ਇਹ ਮੁਰਜਮ ਦਾ ਨਾਂ ਹੈ ਸ਼ਮਸ਼ੇਰ ਸਿੰਘ ਸ਼ੇਰਾ, ਭੈਣੀ ਰਾਜਪੂਤਾਂ ਦਾ ਬੇਸਿਕਲੀ ਰਹਿਣ ਵਾਲਾ, ਥਾਣਾ ਘਰੇਡਾ ਥਾਣੇ ਦੇ ਵਿੱਚ ਪਿੰਡ ਪੈਂਦਾ ਇਹ। ਅਤੇ ਕੱਲ੍ਹ ਸਾਨੂੰ ਇੱਕ ਸੀਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਆਦਮੀ ਜਿਹੜਾ ਹੈਗਾ ਕਾਫੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਹੈਰੋਨ ਦੀ ਸਪਲਾਈ ਲੈ ਕੇ ਅਤੇ ਇੱਧਰ ਅਜਨਾਲੇ ਸਾਈਡ ਜਿਹੜਾ ਕਿਸੇ ਗਾਹਕ ਨੂੰ ਦੇਣ ਦੀ ਆ ਰਿਹਾ ਹੈਗਾ। ਅਸੀਂ ਤੁਰੰਤ ਹੀ ਜਿਹੜੇ ਸੰਬੰਧ ਵਿੱਚ ਜਿਹੜੀ ਹੈ ਨਾਕਾਬੰਦੀ ਕੀਤੀ, ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ, ਦੌਰਾਨੇ ਚੈਕਿੰਗ ਜਿਹੜੀ ਹੈਗੀ ਹੈ ਇੱਕ ਜਿਹੜੀ ਬਲੈਰੋ ਗੱਡੀ ਜਿਹੜੀ ਹੈ ਪੈਕਅਪ ਜਿਹੜੀ ਹੈਗੀ ਹੈ ਜਿਹੜੀ ਸਾਡੇ ਕੋਲ ਪੈਟ ਇਨਫੋਰਮੇਸ਼ਨ ਸੀ ਉਹਦੇ ਮੁਤਾਬਕ ਅਸੀਂ ਇੰਟਰਸੈਪਟ ਕੀਤਾ ਅਤੇ ਉਹਦੇ ਵਿੱਚੋਂ ਮੌਕੇ ਦੇ ਉੱਤੇ ਹੀ ਮੇਰੀ ਮੌਜੂਦਗੀ ਦੇ ਵਿੱਚ ਜਿਹੜੀ ਇਹਦੇ ਕੋਲੋਂ 7.5 ਕਿਲੋ ਜਿਹੜੀ ਹੈ ਹੈਰੋਨ ਜਿਹੜੀ ਹੈ ਇਹ ਬਰਾਮਦ ਇਹਦੇ ਕੋਲੋਂ ਮੌਕਾ 'ਤੇ ਸਪੋਟ 'ਤੇ ਹੋਈ ਹੈ। ਉਹਦੇ ਮੁਤਾਬਕ ਜਿਹੜੇ ਆ ਮੁਕੱਦਮਾ ਦਰਜ ਕਰਕੇ ਜਿਹੜੀ ਹੈ ਤਫਤੀਸ਼ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਦਫਾ 27 ਦੀ ਇਹਦੀ ਡਿਸਕਲੋਜਰ ਸਟੇਟਮੈਂਟ ਦੇ ਉੱਤੇ ਇਹਦੇ ਜਿਹੜੇ ਘਰੋਂ ਅੰਮ੍ਰਿਤਸਰੇ ਦਾ ਕਰੈਸ਼ ਹੈ ਉਹਦੇ ਘਰੋਂ ਜਿਹੜੀ 28 ਲੱਖ ਰੁਪਈਆ ਜਿਹੜੀ ਹੈ ਇੰਡੀਅਨ ਕਰੰਸੀ ਜਿਹੜੀ ਹੈਗੀ ਹੈ ਜਿਹੜੀ ਇਹਨੇ ਡਰੱਗ ਮਨੀ ਦੇ ਨਾਲ ਜਿਹੜੀ ਹੈ ਉਹ ਬਣਾਈ ਸੀਗੀ ਉਹ ਇਹਦੇ ਕੋਲੋਂ ਰਿਕਵਰ ਕੀਤੀ ਗਈ ਹੈ। ਅੱਜ ਇਹਨੂੰ ਜਿਹੜਾ ਹੈਗਾ ਪੇਸ਼ ਅਦਾਲਤ ਕਰਕੇ ਵੱਧ ਤੋਂ ਵੱਧ ਇਹਦਾ ਜਿਹੜਾ ਰਿਮਾਂਡ ਜਿਹੜਾ ਹਾਸਲ ਕੀਤਾ ਜਾਊਗਾ ਅਤੇ ਇਹਦੇ ਸੰਬੰਧ ਵਿੱਚ ਆਸ ਹੈ ਕਿ ਹੋਰ ਵੀ ਇਹਦੇ ਕੋਲ ਜਿਹੜਾ ਹੈਗਾ ਅਹਿਮ ਸੁਰਾਗ ਲੱਗਣ ਦੀ ਉਮੀਦ ਹੈ। ਹੋਰ ਵੀ ਇਹਦੇ ਕੋਲੋਂ ਬਰਾਮਦਗੀ ਜਿਹੜੀ ਹੈ ਪੋਸੀਬਿਲਟੀ ਜਿਹੜੀ ਹੈ ਉਹ ਹੈਗੀ ਹੈ। ਇਹਨੂੰ ਮਜੀਦ ਪੁੱਛਗਿੱਛ ਕਰਕੇ ਬਰੀਕੀ ਦੇ ਨਾਲ ਅਤੇ ਸਖਤੀ ਦੇ ਨਾਲ ਇਹ ਪੁੱਛਗਿੱਛ ਕੀਤੀ ਜਾਊਗੀ ਕਿ ਕਿਹੜੇ ਸਮਗਲਰਾਂ ਨੂੰ ਇਹ ਅੱਗੇ ਦੇਣ ਵਾਸਤੇ ਜਾ ਰਿਹਾ ਸੀਗਾ, ਕਿਹੜੇ ਕਿਹੜੇ ਸਮਗਲਰਾਂ ਦੇ ਜਿਹੜੇ ਲਿੰਕ ਹੈਗੇ ਆ, ਕਿੰਨੇ ਵਾਰੀ ਹੁਣ ਤੱਕ ਜਿਹੜੀ ਹੈਗੀ ਆ ਇਹ ਖੇਪ ਇੱਦਾਂ ਦੀ ਆ ਪ੍ਰਾਪਤ ਕਰ ਚੁੱਕਾ ਅਤੇ ਇਹ ਸਾਰੀ ਇਹਦੇ ਕੋਲ ਡਿਟੇਲ ਵਿੱਚ ਜਿਹੜੀ ਆ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਵੇਗੀ।